ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਅਤੇ ਕਿਵੇਂ ਹੋ ਫਰੈਂਡਸ? 2-3 ਦਿਨ ਬਾਅਦ ਮੈਂ ਵਲੋਗ ਸਟਾਰਟ ਕਰ ਰਹੀ ਹਾਂ, ਕਿਉਂਕਿ ਟਾਈਮ ਜਿਹਾ ਨਹੀਂ ਲੱਗ ਰਿਹਾ ਹੈਗਾ। ਇੱਕ ਬਿਜ਼ੀ ਚੱਲ ਰਹੀ ਹਾਂ, ਕੁਛ ਮੇਰੀ ਸ਼ੋਪ 'ਚ ਵੀ ਵਿਆਹਾਂ ਕਰਕੇ ਜ਼ੋਰ ਜਿਹਾ ਹੈ ਨਾ, ਅਤੇ ਮੈਂ ਕਿਹਾ ਚਲੋ ਅੱਜ ਆਪਾਂ ਵਲੋਗ ਸ਼ੂਟ ਕਰਦੇ ਹਾਂ ਅਤੇ ਫਰੈਂਡਸ ਨਾਲ ਮਿਲੀਏ। ਅਤੇ ਫਰੈਂਡਸ, ਟਾਈਮ ਦੇਖੋ ਹਜੇ ਵੀ ਕਿੰਨਾ ਹੋਇਆ, ਕਿਉਂਕਿ ਸਵੇਰ ਦੀ ਵੀ ਮੈਂ ਬਿਜ਼ੀ ਸੀ। 1:30 ਵੱਜ ਗਏ ਨੇ ਅਤੇ ਮੈਂ ਅੱਜ ਵਲੋਗ ਸਟਾਰਟ ਕਰ ਰਹੀ ਹਾਂ। ਅਤੇ ਤਰੀਕ ਹੈਗੀ ਅੱਜ 4 ਦਸੰਬਰ। ਲੇਜ਼ੀ ਬਹਿ ਜਾ। ਅਤੇ ਫਰੈਂਡਸ, ਅਤੇ ਹੁਣ ਅਸੀਂ ਲੱਗੇ ਹੋਏ ਹਾਂ ਸਵੇਰ ਦੀ ਭੱਜ ਨੱਠ ਕੰਮ ਕਰਨ, ਕਿਉਂਕਿ ਅੱਜ ਭੂਆ ਜੀ ਹੁਣੀ ਆ ਰਹੇ ਨੇ ਘਰ, ਅਤੇ ਉਹਦੇ ਕਰਕੇ ਤਿਆਰੀ 'ਚ ਲੱਗੇ ਹੋਏ ਹਾਂ, ਖਾਣ ਪੀਣ ਦਾ ਸਮਾਨ ਬਣਾਉਣ ਲੱਗੇ ਹੋਏ ਹਾਂ। ਅਤੇ ਮੈਂ ਹੁਣ ਬਣਾ ਰਹੀ ਸੀ ਪਕੌੜੇ, ਅਤੇ ਡੇਜ਼ੀ ਵੇਟ ਕਰੀਏ ਕਿ ਕੁਛ ਬਣਦੇ ਨੂੰ ਸਮੈਲ ਚੜ ਜਾਏ। ਡੇਜ਼ੀ ਪਕੌੜੇ ਖਾਣੇ ਆ? ਪਕੌੜੇ ਖਾਣੇ ਆ? ਨਹੀਂ ਮਿਲਣੇ ਪਕੌੜੇ? ਫਰੈਂਡਸ, ਬਸ ਹੁਣ ਪਕੌੜੇ ਬਣਾ ਕੇ ਵੇਟ ਕਰਿਆ ਕਿ ਕਦੋਂ ਹੁਣ ਉਹ ਆਉਣ, ਬਸ ਵੇਟ ਕਰ ਰਹੇ ਹਾਂ। ਪਰ 1:30 ਵੱਜ ਗਏ, ਹਜੇ ਤੱਕ ਆਏ ਨਹੀਂ ਹੈਗੇ, ਅਤੇ ਦੇਖਦੇ ਹਾਂ ਕਦੋਂ ਤੱਕ ਆਉਂਦੇ ਹਾਂ। ਅਤੇ ਪਹਿਲਾਂ ਆਪਾਂ ਫਟਾਫਟ ਬਣਾ ਲਈ ਪਕੌੜੇ। ਅਤੇ ਫਰੈਂਡਸ, ਇੱਧਰ ਪਕੌੜੇ ਬਣ ਰਹੇ ਨੇ ਅਤੇ ਨਾਲ ਦੀ ਨਾਲ ਇੱਧਰ ਬਣ ਰਹੀਆਂ ਮੱਕੀ ਦੀ ਰੋਟੀਆਂ, ਕਿਉਂਕਿ ਸਾਗ ਬਣਾਇਆ ਸੀਗਾ। ਅਤੇ ਪ੍ਰਾਹੁਣਿਆਂ ਨੂੰ ਦੇਵਾਂਗੇ ਸਾਗ, ਕਿਉਂਕਿ ਸ਼ਹਿਰੀ ਆ ਰਹੇ ਨੇ, ਇਹਨਾਂ ਦੇ ਸਾਗ ਸੂਗ ਘੱਟੇ ਬਣਦਾ ਹੈ। ਕਿਉਂ ਵੀ ਅਮਰਿੰਦਰ? ਹਾਂਜੀ ਹਾਂਜੀ। ਜਦੋਂ ਕੁਛ ਬਣਦਾ ਹੋਵੇ ਰਸੋਈ ਵਿੱਚ, ਇਹ ਹੋ ਨਹੀਂ ਸਕਦਾ ਕਿ ਨਾ ਪਿੜ ਕੇ। ਅੱਜ ਦੇਖ ਲਓ, ਇਹਨੇ ਫਿਰ ਛੁੱਟੀ ਕੀਤੀ ਹੋਈ ਆ ਕਿ ਪ੍ਰਾਹੁਣਿਆਂ ਨੇ ਆਉਣਾ। ਮੈਂ ਕਿ ਆਹ ਪ੍ਰਾਹੁਣਿਆਂ ਦੀ ਕਿਹੜਾ ਬਾਹਾਂ ਅਕੜੀਆਂ ਤੈਨੂੰ ਮਿਲਣ ਨੂੰ, ਛੁੱਟੀ ਕਰਕੇ ਬਹਿ ਜਾਂਦਾ ਬਸ ਟਲਦਾ। ਪੜ੍ਹਦਾ ਪੁੜਦਾ ਮੁੰਡਾ ਹੈ ਨਹੀਂ, ਅਤੇ ਮੈਡਮ ਨੂੰ ਬੋਲ ਦਿੰਦਾ ਝੂਠ। ਅਤੇ ਮੈਮ, ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਇਹ ਸੱਚਾਈ ਸੱਚਾਈ ਆ ਕਿ ਝੂਠ ਬੋਲਦਾ ਹੈ, ਅਤੇ ਨਾਲ ਇਹਦਾ ਸਾਥ ਦਿੰਦੀ ਹੈ ਮੰਮੀ। ਠੀਕ ਆ, ਹੁਣ ਤੇਰਾ ਮੈਮ ਜ਼ਰੂਰ ਇਸ ਟੋਪਿਕ 'ਤੇ ਗੌਰ ਕਰਿਓ, ਅੱਗੇ ਤੋਂ ਕਦੇ ਇਹਨੂੰ ਛੁੱਟੀ ਨਾ ਦਿਓ। ਅਤੇ ਇਹ ਬਸ ਕੁਛ ਨਹੀਂ, ਬਹਿ ਕੇ ਘਰ ਭਿਣਕਦਾ ਰਹਿੰਦਾ ਖਾਣ ਦੀਆਂ ਚੀਜ਼ਾਂ 'ਤੇ, ਅਤੇ ਬਸ TV ਦੇਖਦਾ ਰਹਿੰਦਾ। ਠੀਕ ਹੈ, ਅਤੇ ਪਰਨਾ ਪਤਾ ਨਹੀਂ, ਇਹਨੂੰ ਸਦੀਆਂ ਹੋ ਗਈਆਂ ਸਿੱਖਦੇ ਨੂੰ, ਬਾਰੇ ਇਹਨੂੰ ਪਰਨਾ ਬੰਨਣਾ ਨਹੀਂ ਆਇਆ ਮੁੰਡੇ ਨੂੰ। ਕਿਉਂ ਆਉਂਦਾ? ਆਉਂਦਾ ਤਾਂ ਹੈਗਾ, ਤਾਂ ਹੀ ਬੰਨਿਆ ਹੋਇਆ। ਔਖਾ ਹੋ ਗਿਆ ਮੁੰਡਾ। ਅਤੇ ਚਲੋ ਫਰੈਂਡਸ, ਫਟਾਫਟ ਬਣਾ ਲਈ ਮਰਿੰਦਰ, ਤੂੰ ਫਟਾਫਟ ਅੰਦਰ ਸੈਟਿੰਗ ਜੀ ਕਰਦੇ ਸਾਰੀ, ਜਿਹੜੀ ਅੰਦਰ ਚਾਦਰ ਖੰਡਾ ਕੇ ਆਇਆ ਨਾ ਉਹਨੂੰ ਉਹ ਕਰ ਨਾ ਕਰ ਕਰ ਛੇਤੀ। ਦੇਖੋ ਫਰੈਂਡਸ, ਇਹ ਫਿਰ ਤੋਂ ਆ ਚੁੱਕੇ ਨੇ। ਅਗੇ ਨਹੀਂ ਖਾਣਾ ਹੁੰਦਾ? ਆਹੋ ਉਹ ਤਾਂ ਹੈ, ਪਹਿਲਾਂ ਪ੍ਰਾਹੁਣੇ ਨੂੰ ਖਾ ਲੈਣ ਦੇ। ਅਜੇ ਉਹਨਾਂ ਨੂੰ ਚਾਹ ਗਈ ਨਹੀਂ, ਪਹਿਲਾਂ ਹੀ ਦੇਖ ਲਓ ਫਰੈਂਡਸ, ਇਹ ਪਹਿਲਾਂ ਹੀ ਖਾਣ ਲੱਗ ਗਏ ਜੇ ਪ੍ਰਾਹੁਣੇ ਨੂੰ ਚਾਹ ਦਿੱਤੀ ਨਹੀਂ। ਮੈਂ ਤਾਂ ਖਾਧਾ ਵੀ ਨਹੀਂ। ਤੂੰ ਵਿੱਚ ਖਾਧਾ ਨਾ, ਆਹ ਖਾ ਮੈਂ ਘਰ ਵੀ ਦਿਆ ਉਹ ਆ ਬਣਾ। ਮੈਂ ਤਾਂ ਕੰਮ ਕਰਦੀ ਰਹਿੰਦੀ ਹਾਂ, ਪਰ ਯਾਰ ਮੈਂ ਕੰਮ ਕਹੋ ਕਰਨਾ ਹੈ ਚੱਕਣ ਦਾ। ਤੇ ਮੈਂ ਤੈਨੂੰ ਦਿਖਾ ਵੀ ਨਹੀਂ ਸਕੀ ਕਿ ਕੌਣ ਕੌਣ ਆਇਆ ਸੀਗਾ। ਭੂਆ ਜੀ ਹੁਣੀ ਆਏ ਸੀਗੇ ਵੈਸੇ ਬੱਚੇ, ਤੇ ਮਤਲਬ ਭੂਆ ਜੀ ਹੁਣੀ ਬੱਚੇ ਨਹੀਂ, ਭੂਆ ਜੀ ਉਹਨਾਂ ਦੇ ਨਾਲ ਬੱਚੇ ਆਏ ਸੀਗੇ। ਅਤੇ ਬਸ ਉਹ ਇੱਦਾਂ ਹੀ ਕੰਮ ਕਾਰ ਵਿੱਚ ਟਾਈਮ ਲੰਘ ਗਿਆ ਗੱਲਾਂ ਬਾਤਾਂ 'ਚ, ਅਤੇ ਫੋਨ ਚੱਕਣ ਦਾ ਤਾਂ ਵਿਹਲ ਹੀ ਨਹੀਂ ਮਿਲਿਆ। ਅਤੇ ਮੈਂ ਭੁੱਲ ਗਈ ਫੋਨ ਚੱਕਣਾ ਕਿ ਮੈਂ ਵਲੋਗ ਵੀ ਸ਼ੂਟ ਕਰਨਾ ਸੀਗਾ, ਅਤੇ ਹੁਣ ਟਾਈਮ ਲੱਗਿਆ ਕਿਉਂਕਿ ਉਹ ਹੁਣ ਗਏ ਨੇ। ਅਤੇ ਹੁਣ ਮੈਨੂੰ ਯਾਦ ਆਇਆ ਜਦ ਮੈਂ ਫੋਨ ਚੱਕਿਆ ਕਿ ਮੇਰਾ ਤਾਂ ਅੱਜ ਤਾਂ ਵਲੋਗ ਹੀ ਰਹਿ ਗਿਆ। ਅਤੇ ਫਰੈਂਡਸ, ਉਹ ਚਲੇ ਗਏ ਨੇ ਅਤੇ ਆਪਣਾ ਹਨੇਰਾ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਦੇਖੋ ਬਾਹਰ ਬਹੁਤ ਹਨੇਰਾ ਹੋ ਗਿਆ। ਅਤੇ ਮੈਂ ਕਿਹਾ ਚਲੋ ਹੁਣ ਮਿਲ ਲਈਏ ਫਰੈਂਡਸ ਨਾਲ, ਅਤੇ ਬਸ ਅਸੀਂ ਹੁਣ ਖਾ ਪੀ ਕੇ ਬੈਠੇ ਹਾਂ। ਪਕੌੜੇ ਸ਼ਕੌੜੇ ਅਤੇ ਫੁੱਲ ਹੋ ਗਏ ਹਾਂ। ਵੈਸੇ ਅਸੀਂ ਓਇਲੀ ਚੀਜ਼ ਖਾਣੀ ਨਹੀਂ ਸੀ, ਕਿਉਂਕਿ ਮੈਂ ਅਤੇ ਅਮਰਤ ਹੁਣ ਡਾਇਟ 'ਤੇ ਹਾਂ, ਅਤੇ 2 ਦਿਨ ਹੋ ਗਏ ਸਾਨੂੰ ਹੁਣ ਰਨਿੰਗ ਵੀ ਕਰਦਿਆਂ ਨੂੰ, ਪਰ ਅੱਜ ਖਾਏ ਹੋ ਗਿਆ। ਬਹੁਤ ਕੰਟਰੋਲ ਕੀਤਾ ਜੀਵ, ਅਤੇ ਪਰ ਰਿਹਾ ਨਹੀਂ ਜਾਂਦਾ। ਸਾਹਮਣੇ ਬਸ ਕਹੀ ਜਾਣਗੇ, ਫੋਰਸ ਕਰਦੇ ਨੇ, ਚਲੋ ਕੋਈ ਨਹੀਂ ਖਾ ਲਾ ਖਾ ਲਾ ਖਾ ਲਾ ਖਾ ਲਾ, ਬਸ ਫਿਰ ਚੱਕੇ ਹੋ ਜਾਂਦਾ ਹੈ, ਕਿਉਂਕਿ ਮਨ ਨੂੰ ਕੰਟਰੋਲ ਕਰਿਆ ਹੋਇਆ ਸੀ। ਪਰ ਮਨ ਕਹਿੰਦਾ ਕੋਈ ਗੱਲ ਨਹੀਂ, ਜੇ ਇੰਨਾ ਫੋਰਸ ਕਰਦੇ ਆਪਾਂ ਮਾਣ ਆਦਰ ਜ਼ਰੂਰ ਰੱਖਦੇ ਹਾਂ ਬੰਦੇ ਦਾ। ਅਤੇ ਹਜੇ ਭਾਂਡੇ ਪਏ ਆ ਅੰਮ੍ਰਿਤ ਦੇ ਹਿੱਸੇ ਦੇ। ਅੰਮ੍ਰਿਤ ਚੱਲ ਮਾਂਜ ਉੱਠ ਕੇ, ਮੇਰੇ ਹਿੱਸੇ ਦੇ ਹੋਰ ਕਿਤੇ ਆ? ਵੀ ਮੈਂ ਤਾਂ ਇੰਨਾ ਕੰਮ ਕੀਤਾ ਅੱਜ, ਦੁਪਹਿਰ ਵਾਲਾ ਬੁੱਗਾ ਤੇਰੇ 'ਤੇ ਹੀ ਆ। ਐਕਸਟਰਾ ਕੰਮ ਕੀਤਾ? ਮੈਂ ਵੀ ਕਰਿਆ ਹੀ ਆ। ਮੇਰੇ ਪਾਰਲਰ 'ਚ ਕਿੰਨਾ ਕੰਮ ਸੀ, ਉਹ ਕਿਹੜਾ ਸੌਖਾ ਹੀ ਆ ਖੜ ਕੇ ਕਰਨਾ। ਸਵੇਰ ਦਾ ਆ ਰਿਹਾ ਤੈਨੂੰ ਕੰਮ? ਹਾਂ। ਅਤੇ ਬਸ ਫਰੈਂਡ ਹੁਣ ਬੈਠੇ ਹਾਂ, ਡੇਜ਼ੀ ਵੀ ਖਾ ਪੀ ਕੇ ਹੁਣ ਸੁਸਤੀ 'ਚ ਬੈਠੀ ਹੈ। ਡੇਜ਼ੀ ਫਰੈਂਡਸ, ਕੱਲ ਵਲੌਗ ਦਾ ਐਂਡ ਨਹੀਂ ਸੀ ਹੋਇਆ, ਕਿਉਂਕਿ ਵਲੌਗ ਕੱਲ ਸ਼ੂਟ ਹੋਇਆ ਹੀ ਨਹੀਂ ਹੈਗਾ ਪੂਰੀ ਤਰ੍ਹਾਂ।
ਤੇ ਰਾਤ ਹੋ ਗਈ ਸੀਗੀ ਕਾਫੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਭੂਆ ਜੀ ਹੁਣੀ ਆਏ ਸੀ ਬਸ ਟਾਈਮ ਹੀ ਨਹੀਂ ਮਿਲਿਆ ਹੈਗਾ ਕੰਮਕਾਰ ਵਿੱਚ ਤੇ ਅੱਜ ਵੀ ਦੇਖ ਲਓ ਫਰੈਂਡਸ ਪੌਣੇ ਚਾਰ ਹੋ ਗਏ ਨੇ ਤੇ ਅਮਰਿੰਦਰ ਵੀ ਸਕੂਲ ਤੋਂ ਆ ਗਿਆ ਮੇਰੇ ਕੋਲ ਕਿਉਂਕਿ ਸਵੇਰੇ ਪਹਿਲਾਂ ਘਰ ਦਾ ਕੰਮਕਾਰ ਕਰੀ ਗਏ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਪਾਰਲਰ 'ਚ ਵੀ ਕਲਾਇੰਟ ਆ ਗਏ ਸੀਗੇ ਤੇ ਬਸ ਕੰਮ ਧੰਦਿਆਂ 'ਚ ਪਤਾ ਹੀ ਚੱਲਦਾ ਹੈਗਾ ਤੇ ਕਿਉਂਕਿ ਸਰਦੀਆਂ 'ਚ ਤਾਂ ਇਹੀ ਹੁੰਦਾ ਨਾ ਬਹੁਤ ਦਿਨ ਛੇਤੀ ਛੇਤੀ ਲੱਗ ਜਾਂਦਾ ਅਤੇ ਬਸ ਹੁਣ ਕੰਮ ਕੁੰਮ ਕਰ ਲਿਆ ਸੀ ਫਰੈਂਡਸ ਅਤੇ ਦੁਪਹਿਰ ਦਾ ਵੀ ਲੰਗਰ ਪਾਣੀ ਛਕ ਲਿਆ ਹੈ ਅਤੇ ਅਮਰਿੰਦਰ ਆ ਗਿਆ ਸਕੂਲ ਪਰ ਮੁੰਡਾ ਮੈਨੂੰ ਤੰਗ ਕਰ ਰਿਹਾ ਕਿ ਮੈਨੂੰ ਕੁਛ ਖਾਣ ਨੂੰ ਮੰਗਾ ਕੇ ਦੇ ਮੈਂ ਕਿਹਾ ਘਰ ਇੰਨਾ ਕੁਛ ਬਣਿਆ ਹੋਇਆ ਤੂੰ ਰੋਟੀ ਖਾ ਰੋਜ਼ ਹੀ ਕੀ ਓਇਲੀ ਚੀਜ਼ਾਂ ਖਾਈ ਜਾਣੀਆਂ ਨੇ ਅਤੇ ਕਹਿੰਦਾ ਮੈਨੂੰ ਜਾਂ ਖਮਾਣਾ ਤੋਂ ਔਡਰ ਕਰਕੇ ਮੰਗਾ ਜਾਂ ਫਿਰ ਮੈਨੂੰ ਯਿੱਪੀ ਬਣਾ ਕੇ ਦੇ ਮੈਂ ਕਿਹਾ ਰੋਜ਼ ਰੋਜ਼ ਨਹੀਂ ਵੀ ਓਇਲੀ ਚੀਜ਼ਾਂ ਖਾਣੀਆਂ ਹੈਗੀਆਂ ਤੰਗ ਹੋ ਕਿਉਂ ਕੱਲ੍ਹ ਤਾਂ ਮਰਿੰਦਰ ਪਕੌੜੇ ਖਾਧੇ ਆ ਹੈਂ ਕੱਲ੍ਹ ਪਕੌੜੇ ਖਾਧੇ ਫਰੈਂਡਸ ਜੇ ਪਰਸੋਂ ਇਹਨੇ ਖਾਧੇ ਆ ਬਰਗਰ ਕਿਉਂਕਿ ਨਾਨਕਿਆਂ ਤੋਂ ਆਇਆ ਸੀ ਅਤੇ ਨਾਨਕਿਆਂ ਤੋਂ ਇਹ ਬਰਗਰ ਲੈ ਕੇ ਆਇਆ ਸੀ ਅਤੇ ਖਾ ਕੇ ਆਇਆ ਅਤੇ ਕੱਲ੍ਹ ਇਹਨੇ ਖਾਏ ਪਕੌੜੇ ਹੋਰ ਪਤਾ ਨਹੀਂ ਕੀ ਖਾਧਾ ਹੈ ਅਤੇ ਅੱਜ ਫਿਰ ਗਿਆ ਹੁਣ ਰੋਜ਼ ਥੋੜ੍ਹੀ ਨਾ ਖਾਣਾ ਆਪਣੀ ਸਿਹਤ ਵੱਲ ਵੀ ਧਿਆਨ ਦੇਵੇ ਇਹ ਮੁੰਡਾ ਔਖਾ ਹੋ ਰਿਹਾ ਕੀ ਸਿਹਤ ਵੱਲ ਧਿਆਨ ਨਹੀਂ ਦੇਣਾ ਹੈਗਾ ਕਿੱਥੇ ਦਿੰਦਾ ਤਾਂ ਹੀ ਤਾਂ ਇੰਨਾ ਹੋ ਗਿਆ ਅਤੇ ਦੇਖ ਲਓ ਫਰੈਂਡਸ ਵਰਦੀ ਖੋਲ੍ਹੀ ਨਹੀਂ ਆਉਂਦਾ ਹੀ ਬਹਿ ਗਿਆ ਇਹਨਾਂ ਦੇ ਸਾਹਮਣੇ ਇਹਨਾਂ ਨੇ ਕਿਤੇ ਨੂੰ ਦੇਣਾ ਹੈ ਦੇਖ ਲੈ ਦੇਖ ਲਾ ਉੱਥੇ ਕੀ ਪੜ੍ਹ ਕੇ ਆਇਆ ਜੀ ਕੁਛ ਦੱਸ ਕੀ ਪੜ੍ਹਾਇਆ ਜੀ ਮੈਡਮ ਨੇ ਕੁਛ ਸੁਣਾ ਬੋਲਦਾ ਗਾ ਤਾਂ ਨਹੀਂ ਹੁਣ ਬੋਲ ਛੇਤੀ ਐਂ ਕਰ ਉਹ ਲਿਆ ਪਾਸਤਾ ਨਾ ਉਹ ਪਾਸਤਾ ਲਿਆ ਮਕਰੋਨੀ ਲਿਆ ਜਾ ਮੰਮੀ ਮੰਮਾ ਮੰਮੀ ਨੇ ਨਹੀਂ ਦੇਣੇ ਹੈਗੇ ਪੈਸੇ ਜੇ ਮੰਮੀ ਨੇ ਕੰਨ 'ਚ ਕਿਹਾ ਮੈਂ ਜਵਾਬ ਦੇ ਦੇਣਾ ਫਿਰ ਫਰੈਂਡਸ ਦੇਖ ਲਓ ਅਮਰਤ ਦਾ ਬਸ ਆਹ ਕੰਮ ਹੈ ਡੇਲੀ ਰੂਟੀਨ ਫੋਲੋ ਕਰਨੀ ਇਹ ਕੁੜੀ ਨੇ ਸੋਣਾ ਹੀ ਸੋਣਾ ਜ਼ਰੂਰ ਪਹਿਲਾਂ ਟੀ ਵੀ ਦੇਖੀ ਜਾਊਗੀ ਜਦੋਂ ਉੱਠਣ ਦਾ ਵੇਲਾ ਉਦੋਂ ਸੌਂ ਜਾਂਦੀ ਹੈ ਲੇਜ਼ੀ ਗਰਲ ਇੱਧਰ ਆ ਮਹਾਰਾਣੀ ਜੀ ਬੈਠੇ ਨੇ ਮੰਜੇ ਪਰ ਚੜ੍ਹੀ ਹੈਲੋ ਬੀਬਾ ਜੀ ਇਹ ਲੇਜ਼ੀ ਰੋਟੀ ਖਾਣੀ ਹੈ ਤਾਂ ਕਿ ਕਾਗਜ਼ ਖਾਈ ਜਾਂਦੀ ਹੈ ਕੁਛ ਕੁਛ ਚੱਕ ਚੱਕ ਫਰੈਂਡਸ ਮੈਂ ਆ ਗਈ ਆਪਣੇ ਪਾਰਲਰ 'ਚ ਕਿਉਂਕਿ ਮੇਰੇ ਕੋਲ ਕਲਾਇੰਟ ਆ ਰਹੇ ਨੇ ਅਤੇ ਮੈਂ ਕਿਹਾ ਚਲੋ ਵੇਟ ਕਰਦੇ ਕਿਉਂਕਿ ਡੇਜ਼ੀ ਬਹੁਤ ਭੌਂਕਦੀ ਉਹ ਕਹਿੰਦੇ ਪਹਿਲਾਂ ਵੀ ਆਪਣਾ ਕੁੱਤਾ ਸੰਭਾਲ ਲਓ ਮੈਨੂੰ ਕਾਲ ਆ ਜਾਂਦੀ ਹੈ ਪਹਿਲਾਂ ਜਿਹਨੇ ਵੀ ਆਉਣਾ ਹੁੰਦਾ ਮੈਨੂੰ ਕਾਲ ਕਰ ਲੈਂਦੇ ਨੇ ਅਤੇ ਮੈਂ ਕਿਹਾ ਵੀ ਮੈਂ ਤਾਂ ਪਾਰਲਰ 'ਚ ਹਾਂ ਘਰ ਆਉਣ ਦੀ ਤਾਂ ਤੁਹਾਨੂੰ ਲੋੜ ਨਹੀਂ ਸਿੱਧਾ ਪਾਰਲਰ 'ਚ ਆ ਜਾਓ ਅਤੇ ਬਸ ਹੁਣ ਮੈਂ ਬੈਠੀ ਵੇਟ ਕਰ ਰਹੀ ਹਾਂ ਕਿ ਕਦੋਂ ਆਉਣ ਕਦੋਂ ਮੈਂ ਕੰਮ ਸਟਾਰਟ ਕਰਾਂ ਕਿਉਂਕਿ ਉਹ ਤੋਂ ਬਾਅਦ ਫਿਰ ਮੈਂ ਪਾਠ ਵੀ ਕਰਨਾ ਹੈ ਪਾਠ ਮੇਰਾ ਲੇਟ ਹੋ ਜਾਂਦਾ ਹੈ ਅਤੇ ਮੈਂ ਕਿਹਾ ਚਲ ਜਲਦੀ ਜਲਦੀ ਆ ਜਾਣ ਅਤੇ ਮੈਂ ਉਹਨਾਂ ਦਾ ਕੰਮ ਕਰ ਦੇਵਾਂ ਮਹਿੰਦੀ ਮੁੰਦੀ ਸ਼ਾਇਦ ਵਾਲਾਂ ਦਾ ਕੁਛ ਸਟੇਟ ਵਗੈਰਾ ਕਰਵਾਉਣੇ ਨੇ ਅਤੇ ਬਸ ਵੇਟ ਕਰ ਰਹੀ ਹਾਂ ਮੈਂ ਕਦੋਂ ਆਉਣ ਕਦੋਂ ਮੈਂ ਕੰਮ ਕਰਾਂ ਅਤੇ ਕਦੋਂ ਦੀ ਵੇਟ ਕਰ ਰਹੀ ਹਾਂ ਫਰੈਂਡਸ ਆ ਨਹੀਂ ਰਹੇ ਮੈਂ ਕਿਹਾ ਚਲੋ ਮੈਂ ਆਪਣੀ ਚਾਹ ਪੀ ਲੈਂਦੀ ਜਦ ਤੱਕ ਬਹਿ ਕੇ ਕਿਉਂਕਿ ਨੀਂਦ ਜੀ ਵੀ ਬਹੁਤ ਆ ਰਹੀ ਹੈ ਕਿਉਂਕਿ ਮੈਂ ਅਤੇ ਅੰਮ੍ਰਿਤ ਨੇ ਨਾ ਗਰਾਊਂਡ ਜਾਣਾ ਸਟਾਰਟ ਕੀਤਾ ਹੁਣ ਸਵੇਰੇ ਸਵੇਰੇ ਅਸੀਂ ਰਨਿੰਗ ਕਰਦੀ ਹਾਂ ਅਤੇ ਉਹਦੇ ਕਰਕੇ ਨਾ ਮਤਲਬ ਫਿਰ ਬੋਡੀ ਪੇਨ ਕਰਨ ਲੱਗ ਜਾਂਦੀ ਹੈ ਵੀ ਐਂ ਹੁੰਦਾ ਚਲੋ ਨਾ ਦੁਪਹਿਰ ਨੂੰ ਸੌਂ ਜਾਂਦੇ ਹਾਂ ਪਰ ਮੇਰੇ ਕੋਲ ਟਾਈਮ ਨਹੀਂ ਲੱਗਦਾ ਅੰਮ੍ਰਿਤ ਤਾਂ ਸੌਂ ਜਾਂਦੀ ਆ ਮੇਰੇ ਤੋਂ ਨਹੀਂ ਸੌਂ ਹੁੰਦਾ ਹੈਗਾ ਕਿਉਂਕਿ ਕੰਮ ਹੁੰਦਾ ਮੇਰੇ ਕੋਲ ਤਾਂ ਸਾਰਾ ਦਿਨ ਮੇਰਾ ਬਿਜ਼ੀ ਡੇ ਚੱਲਦਾ ਰਹਿੰਦਾ ਹੈ ਫਰੈਂਡਸ ਇਹ ਫਿਰ ਆ ਗਿਆ ਹੈ ਮੇਰਾ ਸਿਰ ਖਾਣ ਕਿ ਮੈਨੂੰ ਯਿੱਪੀ ਦੇ ਪੈਸੇ ਦੇ ਦੇ ਨਾਲੇ ਇਹਦੇ ਕੋਲ ਹੈਗੇ ਆ ਵਰਿੰਦਰ ਕੀ ਆ ਮਾੜਾ ਮੋਟਾ ਦੇਖ ਵੀ ਲੈ ਸਿਹਤ ਵੱਲ ਹੈ ਹੁਣ ਕਹਿੰਦੇ ਨੇ ਬੋਲਦਾ ਬੋਲ ਹੁਣ ਕਹਿੰਦੇ ਬੋਲਤੀ ਬੰਦ ਹੋ ਗਈ ਹੈ ਫਰੈਂਡਸ ਬਹੁਤ ਜ਼ਿਆਦਾ ਇਹਨੂੰ ਮਾੜਾ ਮੋਟਾ ਨਾ ਕਮੈਂਟ ਕਰਿਓ ਇਹਦੇ ਲਈ ਪਲੀਜ਼ ਇਹਦੇ ਲਈ ਕਮੈਂਟਸ ਕਰਿਓ ਇਹਨੂੰ ਮਤਲਬ ਬੈਡ ਨਹੀਂ ਕਹਿ ਰਹੀ ਇਹਨੂੰ ਸਮਝਾਉਣ ਲਈ ਮੈਨੂੰ ਪਤਾ ਹੈ ਹਜੇ ਨਿਆਣਾ ਇਹਨੂੰ ਸਮਝ ਨਹੀਂ ਹੈ ਵਰਿੰਦਰ ਬਹੁਤ ਗੰਦੀਆਂ ਚੀਜ਼ਾਂ ਹੈ ਘਰੇ ਫਰੂਟਸ ਪਏ ਨੇ ਉਹ ਨਹੀਂ ਖਾ ਰਿਹਾ ਔਰੇਂਜ ਪਿਆ ਪਪੀਤਾ ਪਿਆ ਖਾ ਲਿਆ ਨੇ ਉਕੜੀ ਪਿਆ ਉਹ ਨਹੀਂ ਖਾਂਦਾ ਬਸ ਆਹ ਘਟੀਆ ਚੀਜ਼ਾਂ ਦੇ ਦਿਓ ਇਹਨੂੰ ਯਿੱਪੀ ਦੇ ਦਿਓ ਕੁਛ ਦੇ ਦਿਓ ਹੁਣ ਨਹੀਂ ਮੈਂ ਕੋਈ ਚੈਲੇਂਜ ਲੈਣਾ ਹੁਣ ਮੈਂ ਫਰੂਟਸ ਦਾ ਚੈਲੇਂਜ ਲਊਂਗੀ ਉਹਦੇ ਵਿੱਚੋਂ ਤੂੰ ਹਾਰੇਗਾ ਹੁਣ ਇੱਥੇ ਦੇਖੀ ਕੁੜੀਆਂ ਦਾ ਸਮਾਨ ਆ ਕਿਵੇਂ ਫੋਲਦਾ ਹੈ ਮੁੰਡਾ ਮੈਨਿਊ ਲੱਭਦੇ ਆ ਮੈਨਿਊ ਉਰੇ ਕਿੱਥੇ ਮੈਨਿਊ ਮੈਂ ਹੋਟਲ ਖੋਲਿਆ ਹੋਇਆ ਉਰੇ ਜਿਹੜੇ ਵਿੱਚ ਰੱਖਿਆ ਸੀ ਰੈਸਟੋਰੈਂਟ ਖੋਲਿਆ ਹੋਇਆ ਵੀ ਜਿਹੜੇ ਵਿੱਚ ਰੱਖਿਆ ਸੀਗਾ ਮੈਂ ਉਹ ਮੈਂ ਸੱਟਦਾ ਸੀ ਪਾੜ ਦਿੰਦਾ ਦੇਖੀ ਹੁਣ ਮਹਿੰਦੀ ਦੀ ਕੀਪ ਚੱਕ ਲਈ
ਤੇ ਫਰੈਂਡਸ ਇਹ ਮੁੰਡਾ ਨਾ ਮੇਰੇ ਕੋਲ ਆਉਂਦਾ ਹੁੰਦਾ ਕਿ ਮੇਰੀ ਗਰਦਨ ਤੇ ਬਲੀਚ ਕਰ ਦੇ ਮੈਂ ਕਿਹਾ ਵੀ ਨਾ ਤੋ ਹੀ ਚੱਜ ਨਾਲ ਲਵੋ ਇਹ ਵੀ ਇਹਦਾ ਵੀ ਇਹੀ ਹਾਲ ਆ ਇੱਕ ਮੇਰੇ ਭੂਆ ਜੀ ਦਾ ਮੁੰਡਾ ਹੈ ਕਰਨਵੀਰ ਉਹਦਾ ਵੀ ਇਹੀ ਹਾਲ ਆ ਜਦੋਂ ਇਹ ਦੋ ਜਣੇ ਇਕੱਠੇ ਹੋਣ ਤਾਂ ਮੇਰੇ ਪਾਰਲਰ ਵਿੱਚ ਫਰੂ ਪਾ ਦਿੰਦੇ ਨੇ ਆ ਕੇ ਅਤੇ ਹੁਣ ਇਹ ਬੈਠਾ ਹੈ ਇੱਥੇ ਵੀ ਪੈਸੇ ਲੈਣ ਨੂੰ ਮੇਰੇ ਤੋਂ ਬਟ ਮੈਂ ਪੈਸੇ ਨਹੀਂ ਦੇਣੇ ਬਰਿੰਦਰ ਜਲਦੀ ਚੀਜ਼ ਲਈ ਜੇ ਤਾਂ ਕੋਈ ਚੱਜ ਦੀ ਚੀਜ਼ ਲਵੇ ਤਾਂ ਮੈਂ ਤੈਨੂੰ ਦੇ ਦੇਵਾਂ ਚੱਜ ਦੀ ਚੀਜ਼ ਲੈਣ ਚੱਲੇ ਆ ਕੀ ਲੈਣ ਚੱਲੇ ਆ ਬਿਸਕੁਟ ਹਾਂ ਬਿਸਕੁਟ ਕਿਤੇ ਚੰਗੇ ਹੁੰਦੇ ਮੈਦੇ ਦੇ ਆ ਉਹ ਵੀ ਮੈਦਾ ਹੈ ਉਹ ਵੀ ਉਹ ਦੱਸ ਕੋਈ ਜਿਹੜੀ ਹੈ ਨਾ ਉਹ ਮੈਦੇ ਤੋਂ ਬਿਨਾਂ ਹੋਵੇ ਚੀਜ਼ ਕੀ ਕਿਹਾ ਚੱਲ ਜਾ ਉਹਨੇ ਮੇਰੇ ਕਲਾਇੰਟਸ ਆਉਣੇ ਨਾ ਤੂੰ ਇੱਥੇ ਬੈਠਾ ਪੈਸੇ ਦੇ ਦੇ ਆਪਣੇ ਜੋਗੇ ਲੈ ਕੇ ਖਾ ਮੰਨਣਾ ਨਹੀਂ ਫਰੈਂਡਸ ਪਲੀਜ਼ ਮੇਰੀ ਇਸ ਗੱਲ 'ਤੇ ਜ਼ਰੂਰ ਉਹ ਕਰਿਓ ਗੌਰ ਇਹਨੂੰ ਪਲੀਜ਼ ਕਮੈਂਟ ਕਰਿਓ ਹਟ ਜਾ ਪਲੀਜ਼ ਇਹਦੇ ਲਈ ਨਾ ਕੋਈ ਕਮੈਂਟ ਕਰਿਓ ਉਰਿਆ ਲੈ ਵੜ ਕਲਾਸ ਦੱਸ ਪਹਿਲਾਂ ਕਿਹੜੀ ਆ ਤੇਰੀ ਆ ਜਾ ਦੱਸ ਤਿੰਨ ਗਿਣਨੇ ਮੈਂ ਬੁੱਗੇ ਫੜ ਲਏ ਪੈਸੇ ਉਹ ਤੋਂ ਬਾਅਦ ਨਹੀਂ ਆ ਦੇ ਕਲਾਸ ਦੱਸ ਕਿਹੜੀ ਪਹਿਲਾਂ ਕਲਾਸ ਦੱਸ ਸਹੀ ਤਰ੍ਹਾਂ ਦੱਸ ਦੱਸਣਾ ਕਿ ਨਹੀਂ ਤੈਨੂੰ ਪਤਾ ਨਹੀਂ ਵਰਿੰਦਰ ਕਾਂਤੇ ਭੈਣਾਂ ਦੱਸ ਦੀਦੀ ਚੱਲ ਫਿਰ ਨੱਠੋ ਜੀ ਟੈਂਥ ਵਾਲਿਆਂ ਨੂੰ ਨਹੀਂ ਪੈਸੇ ਮਿਲਦੇ ਫਿਰ ਹੁਣ ਪਲੱਸ ਵਨ 'ਚ ਹੋ ਗਿਆ ਫਰੈਂਡਸ ਇਹ ਹਟ ਜਾ ਅਤੇ ਦੇਖ ਲਓ ਹਜੇ ਵੀ ਇਹ ਪੈਸੇ ਨਹੀਂ ਜਿੱਦ ਕਰਦਾ ਅਤੇ ਜਿੱਦ ਕਰਕੇ ਮੇਰੇ ਤੋਂ ਲੈ ਜਿਹੜੇ ਰੋਣ ਲੱਗ ਜਾਂਦਾ ਮੇਰੇ ਪੈਰੀ ਪੈਂਦੇ ਫਿਰ ਚਲੋ ਫਿਰ ਓਕੇ ਫਾਈਨ ਬਾਏ ਬਾਏ ਹਾਂ ਹੁਣ ਕਹਿ ਸੋਰੀ ਹੋ ਗਈ ਦੀਦੀ ਕਹਿ ਸੋਰੀ ਦੀਦੀ ਕਹਿ ਪਹਿਲਾਂ ਕਹਿ ਕਹਿਣਾ ਕਿ ਨਹੀਂ ਹੈ ਚੱਲ ਠੀਕ ਆ ਫਿਰ ਇੰਨਾ ਹੀ ਤੇਰੇ 'ਚ ਨਾ ਈਗੋ ਆ ਓਕੇ ਅਸੀਂ ਵੀ ਨਹੀਂ ਦਿੰਦੇ ਕਿਉਂ ਫਰੈਂਡਸ ਅਸੀਂ ਵੀ ਨਹੀਂ ਦੇਣੇ ਹੈਗੇ ਹਾਂ ਆਹ ਲੈ ਫੜ ਕਿਹੜੀ ਸੋਰੀ ਹਾਂ ਮੇਰਾ ਫਰੈਂਡ ਦੇਖ ਲਓ ਇਹਨੇ ਮੇਰਾ ਫੋਨ ਸਿੱਟਤਾ ਸੀ ਪਾਗਲ ਜੀ ਲੈ 20 ਰੁਪਏ ਦੇ ਗਲਾਸ ਪਵਾਉਣਾ 20 ਰੁਪਏ ਦੇ ਗਲਾਸ ਪਵਾਉਣਾ ਦੇਖ ਲਓ ਫਰੈਂਡਸ ਬਹੁਤ ਜ਼ਿਆਦਾ ਨਾ ਇਹ ਮੁੰਡਾ ਜਿੱਦੀ ਆ ਅੜੀਅਲ ਆ ਅਤੇ ਇੱਦਾਂ ਪੈਸੇ ਲੈ ਜਾਂਦੇ ਪਲੀਜ਼ ਇਹਦੇ ਲਈ ਜ਼ਰੂਰ ਕਮੈਂਟ ਕਰਿਓ ਕਿ ਜਿਹੜੇ ਨੂੰ ਮੈਂ ਪੜ੍ਹਾਵਾਂ ਤੈਨੂੰ ਮਾੜੀ ਮੋਟੀ ਮੱਤ ਆ ਜਾਵੇ ਸ਼ਾਮ ਦੇ ਫਰੈਂਡਸ ਹੋ ਗਏ ਨੇ 7 ਵੱਜ ਗਏ ਨੇ ਅਤੇ ਮੈਂ ਹੁਣ ਵਿਹਲੀ ਹੋਈ ਹਾਂ ਦੋ ਹਾਂ ਅਤੇ ਮਹਿੰਦੀ ਵੀ ਸੀਗੀ ਅਤੇ ਇੱਕ ਮੇਰੇ ਕੋਲ ਮੇਕਅਪ ਆਇਆ ਸੀਗਾ ਥਰੈਡਿੰਗਾਂ ਵੀ ਆਈਆਂ 3-4 ਅਤੇ ਹੁਣ ਮੈਂ ਫ੍ਰੀ ਹੋਈ ਹਾਂ ਕਾਫੀ ਟਾਈਮ ਹੋ ਗਿਆ ਅਤੇ ਹੁਣ ਨਾ ਮੈਂ ਉੱਧਰ ਵੀ ਜਾਣਾ ਹੈ ਉੱਥੇ ਸ਼ਾਇਦ ਮੈਂ ਵੀਡੀਓ ਬਣਾਵਾਂ ਮੇਰੀ ਨਾ ਫਰੈਂਡ ਦੀ ਮੈਰਿਜ ਆ ਅਤੇ ਉੱਥੇ ਨਾ ਜੋ ਪਹਿਲਾਂ ਨਹੀਂ ਸ਼ਗਨ ਕਰਦੇ ਹੁੰਦੇ ਮਤਲਬ ਸੋਰੀ ਸ਼ਗਨ ਕਿਹਾ ਹੋ ਗਿਆ ਸੰਗੀਤ ਜਿਹਾ ਕਰਦੇ ਹੁੰਦੇ ਆ ਰਾਤ ਨੂੰ ਲੇਡੀਜ਼ ਇਕੱਠੀਆਂ ਹੋ ਕੇ ਨਾ ਉੱਥੇ ਮੈਨੂੰ ਇਨਵੀਟੇਸ਼ਨ ਆਇਆ ਹੋਇਆ ਅਤੇ ਉੱਥੇ ਵੀ ਜਾਣਾ ਹੈ ਅਤੇ ਜੇ ਟਾਈਮ ਲੱਗਿਆ ਤਾਂ ਮੈਂ ਜ਼ਰੂਰ ਵੀਡੀਓ ਬਣਾਊਂਗੀ ਅਤੇ ਫਰੈਂਡਸ ਬਸ ਫਰੈਂਡਸ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਸੋਰੀ ਵਲੋਗ ਆ ਨਹੀਂ ਸੀ ਰਿਹਾ ਕਾਫੀ ਦਿਨ ਤੋਂ ਨਾ ਬਟ ਹੁਣ ਪੱਕਾ ਪ੍ਰੋਮਿਸ ਹੈ ਮੇਰਾ ਡੇਲੀ ਹੀ ਵਲੋਗ ਆਊਗਾ ਅਤੇ ਤੁਸੀਂ ਪਲੀਜ਼ ਇੱਦਾਂ ਹੀ ਸਪੋਰਟ ਬਣਾ ਕੇ ਰੱਖਿਓ ਅਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਅਤੇ ਕਮੈਂਟਸ ਵੀ ਕਰਿਆ ਕਰੋ ਸੋਹਣੇ ਸੋਹਣੇ ਜੇ ਅਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਮਿਲਦੇ ਹੁਣ ਆਪਾਂ ਅਗਲੇ ਨੈਕਸਟ ਵਲੋਗ 'ਚ ਸਤਿ ਸ਼੍ਰੀ ਅਕਾਲ ਜੀ